ਮੁੱਕ ਗਈਆਂ ਗੱਲਾਂ ਸਭ ਮੁੱਕ ਗਏ ਨਚਾਨੀ ਮੁੱਕ ਗਈਆਂ ਗੱਲਾਂ ਸਭ ਮੁੱਕ ਗਏ ਨਚਾਨੀ ਬਖੋ ਬਖ ਹੋ ਗਏ ਆਪਾਂ ਹੋਏ ਬਖੋ ਵਖਰਾ ਨੀ ਬਖੋ ਬਖ ਹੋ ਗਏ ਆਪਾਂ ਹਏ ਬਖੋ ਬਖਰਾਨੀ ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਸਾਰੇ ਵਧੀਆ ਹਾਂ ਜੀ ਅੱਛਾ ਜੀ ਗੱਲ ਹੈਗੀ ਇਸ ਤਰ੍ਹਾਂ ਅਸੀਂ ਬਖੋ ਵਖ ਹੋ ਗਏ ਆ ਵਖਰੇ ਵਖਰੇ ਸਭ ਦੇ ਰਾਹ ਹੋ ਗਏ ਆ ਆਪਣੇ ਆਪਣੇ ਖਿੰਡ ਗਏ ਆ ਪਹਿਲੂ ਉਜੜ ਗਏ ਆ ਬੜਾ ਕੁਛ ਆ ਸਾਡੇ ਕੋਲੇ ਬੜੀਆਂ ਬੜੀਆਂ ਕਾਰਾਂ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਗੁਰਦੁਆਰੇ ਮੰਦਰ ਮਸਜਿਦਾਂ ਪਰ ਉਥੋਂ ਅਸੀਂ ਸਿੱਖੇ ਕੁਝ ਵੀ ਨਹੀਂ ਗਏ ਅਸੀਂ ਸਿੱਖਿਆ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਦੁੱਖ ਦੇਣਾ ਮੈਨੂੰ ਕਈ ਭਰਾ ਆਉਂਦੇ ਆ ਕਮੈਂਟ ਕਰਦੇ ਆ ਕਹਿੰਦੇ ਬਾਈ ਤੂੰ ਜਜਵਾਤੀ ਹੋ ਜਾਣਾ ਦੇਖੋ ਜੀ ਜਜਵਾਤੀ ਹੋਣਾ ਪੈਂਦਾ ਘਰੀਏ ਕੀ ਇਹ ਗੱਲਾਂ ਮਤਾਂ ਇੱਕ ਉਠਦਾ ਉਹਨੂੰ ਗਾਲਾਂ ਕੱਢਣ ਵਾਲਾ ਪੈਂਦਾ ਦੂਜਾ ਉਠਦਾ ਉਹਨੂੰ ਗਾਲਾਂ ਕੱਢਣ ਵਾਲਾ ਪੈਂਦਾ ਕੋਈ ਵੀ ਗੱਲ ਉੱਠਦੀ ਆ ਹੈਲਪ ਕਰਨ ਦੀ ਗੱਲ ਉੱਠਦੀ ਆ ਵੀ ਭਾਈ ਗਰੀਬ ਬੰਦਾ ਉਹਨੂੰ ਨਾਲ ਲੈ ਕੇ ਚੱਲੋ ਤਾਂ ਅੱਗੋਂ ਇਹੀ ਜਵਾਬ ਮਿਲਦਾ ਕਿ ਭਾਈ ਗਰੀਬਾਂ ਦਾ ਸੀ ਜਿਹੜਾ ਠੇਕਾ ਲਿਆ ਜਾਂ ਜੇ ਰੱਬ ਨੇ ਉਹਨਾਂ ਨੂੰ ਗਰੀਬ ਬਣਾਇਆ ਤਾਂ ਅਸੀਂ ਉਹਨਾਂ ਦਾ ਕੀ ਕਰ ਸਕਦੇ ਆ ਆਪਣੀ ਆਪਣੀ ਸੋਚ ਹੁੰਦੀ ਆ ਸਭ ਦੀ ਮੈਨੂੰ ਨਹੀਂ ਪਤਾ ਮੇਰੀ ਸੋਚ ਨਾਲ ਤੁਹਾਡੀ ਸੋਚ ਰਲਦੀ ਆ ਕਿ ਨਹੀਂ ਰਲਦੀ ਆ ਸਾਰੇ ਅਸੀਂ ਕੀ ਕਰਦੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਹੋਰ ਕੁਝ ਵੀ ਨਹੀਂਗਾ ਜਿੱਥੇ ਸਾਨੂੰ ਧਿਆਨ ਦੇਣਾ ਉਥੇ ਅਸੀਂ ਧਿਆਨ ਨਹੀਂ ਦਿੰਦੇਗੇ ਅਸੀਂ ਸਿਰਫ ਔਰ ਸਿਰਫ ਰੋਲਾ ਪਾਉਨੇ ਆ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ ਹੋ ਜੋ ਤੇ ਇਕੱਠੇ ਆਪਾਂ ਨਹੀਂ ਹੋਣਾ ਨਾ ਪਹਿਲਾਂ ਹੋਏ ਆ ਨਾ ਹੁਣ ਹੋਏ ਆ ਨਾ ਕਿਸੇ ਨੇ ਸਾਨੂੰ ਹੋਣ ਦੇਣਾ ਚੈੱਕ ਹੋ ਗਿਆ ਜੀ ਅਸੀਂ ਹੈਗੇ ਆ ਮਗਰ ਲੱਗੂ ਲੋਕ ਲੇਕਿਨ ਅਸੀਂ ਜੇ ਮੈਂ ਗੱਲ ਕਰਾਂ ਸਿੱਖ ਕੌਮ ਦੀ ਤਾਂ ਸਿੱਖ ਕੌਮ ਸਾਡੇ ਇਦਾਂ ਦੀ ਆ ਕਿ ਇਹ ਵਿਸ਼ਵਾਸ ਬਹੁਤ ਕਰਦੇ ਆ ਪਿਆਰ ਬਹੁਤ ਕਰਦੇ ਆ ਲੋਕ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਆ ਲੋਕਾਂ ਨੂੰ ਪਤਾ ਆ ਵੀ ਇਹ ਵਿਸ਼ਵਾਸ ਕਰਦੇ ਆ ਦੇਖੋ ਮੰਨ ਲਓ ਕੋਈ ਵੀ ਬੰਦਾ ਮੈਂ ਜਦਾਂ ਏਸ਼ੀਆ ਦਾ ਕੰਮ ਕਰਦਾ ਏਅਰ ਕੰਡੀਸ਼ਨ ਦਾ ਕੰਮ ਕਰਦਾ ਮੈਂ ਕੋਈ ਬੰਦੇ ਦੀ ਪਹਿਲਾਂ ਮੇਰੇ ਨਾਲ ਖੜਕਦੀ ਆ ਫਿਰ ਉਹ ਇੰਨਾ ਪਿਆਰ ਵਧਾ ਲਿਆ ਉਹਨੇ ਕੋਈ ਕਾਰਨ ਤਾਂ ਹੈ ਉਹਦੇ ਪਿੱਛੇ ਅਸੀਂ ਜਿਹੜੇ ਲੋਕ ਆ ਨਾ ਭਾਵੇਂ ਵਾਲ ਕੱਟੇ ਹੋਏ ਆ ਦਾੜੀ ਭਾਵੇਂ ਕਲੀਨ ਸ਼ੇਪ ਹੀ ਰੰਨੇ ਆ ਅਸੀਂ ਆਪਾਂ ਜਿਹੜੇ ਸਿੱਖ ਲੋਕ ਆ ਨਾ ਮਗਰ ਬਹੁਤ ਛੇਦੀ ਲੱਜੰਨੇ ਆ ਬੱਲੇ ਬੱਲੇ ਦੇ ਵਿੱਚ ਬਹੁਤ ਛੇਦੀ ਆ ਜੰਨੇ ਆ ਅਸੀਂ ਮਾੜੀ ਜੀ ਕਿਸੇ ਨੇ ਸਾਡੀ ਸਿਫਤ ਕਰ ਦਿੱਤੀ ਆਪਾਂ ਉਹਦੇ ਮਗਰ ਲੱਜੰਨੇ ਆ ਵੀ ਬਸ ਇਹੀ ਬੰਦਾ ਦੁਨੀਆ ਦੇ ਵਿੱਚ ਆ ਪੇ ਦੁਨੀਆ ਦੇ ਵਿੱਚ ਨਾਲ ਸਿਰਫ ਇੱਕੋ ਬੰਦਾ ਇਹੀ ਆ ਐਵੇਂ ਨਾ ਕਰਿਆ ਕਰੋ ਭਰਾ ਮੇਰਾ ਠੀਕ ਆ ਆਪਿਆਂ ਨੂੰ ਪਹਿਲਾਂ ਨਾਲ ਰਲਾ ਲਓ ਬਾਕੀ ਜਿਹੜਾ ਆਪਾਂ ਫੇਰ ਵੇਖ ਲਾਂਗੇ ਇੱਕ ਛੋਟਾ ਜਿਹਾ ਵੀਡੀਓ ਆ ਆਪਣੇ ਕੋਲੇ ਮੈਂ ਤੁਹਾਨੂੰ ਵਿਖਾਉਣਾ ਆ ਸ਼ਾਇਦ ਤੁਹਾਡੇ ਵਿਚਾਰ ਉਹ ਭਰਾ ਨਾਲ ਰਲਦੇ ਆ ਕਿ ਨਹੀਂ ਰਲਦੇ ਅ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਵਿਚਾਰ ਆਪਣੇ ਆਪਣੇ ਹੁੰਦੇ ਆ ਜਿੱਦਾਂ ਹੁੰਦਾ ਵਿਚਾਰ ਰਣ ਵਾਲੇ ਹਨਾ ਇੱਕ ਤਾਂ ਹੁੰਦਾ ਬਚਾਉਣ ਵਾਲਿਆਂ 'ਚ ਇੱਕ ਹੁੰਦਾ ਮਾਰਨ ਵਾਲਿਆਂ 'ਚ ਹੁਣ ਬਚਾਉਣ ਵਾਲਿਆਂ ਨਾਲ ਮਾਰਨ ਵਾਲਿਆਂ ਦੇ ਵਿਚਾਰ ਨਹੀਂ ਰਲਦੇ ਹੁੰਦੇਗੇ ਠੀਕ ਆ ਗੁੱਸਾ ਨਹੀਂ ਕਰਨਾ ਮੇਰੇ ਗੱਲ ਦਾ ਹਨਾ ਕਈ ਭਰਾ ਗੁੱਸਾ ਵੀ ਕਰ ਲੈਂਦੇ ਆ ਆਪਾਂ ਨਾਰਮਲ ਜੇ ਬੰਦੇ ਆ ਆਪਣੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗੀ ਕਿਸੇ ਨਾਲ ਕਿਸੇ ਜਾਤੀ ਨਾਲ ਪੱਤੀ ਨਾਲ ਧਰਮ ਨਾਲ ਉਹ ਨਹੀਂਗਾ ਆਪਾਂ ਗੱਲ ਕਰਨੀ ਹੁੰਦੀ ਹੈ ਖਰੀ ਖਰੀ ਢੋਕ ਦੀ ਢੋਕ ਦੀ ਗੱਲ ਹੁੰਦੀ ਆ ਜੇ ਅੱਜ ਮੈਨੂੰ ਤੁਸੀਂ ਨਾਲ ਬਿਠਾ ਕੇ ਖਾਣਾ ਨਹੀਂ ਖਵਾ ਸਕਦੇ ਤਾਂ ਕੱਲ ਨੂੰ ਮੈਂ ਵੀ ਨਹੀਂ ਖਾਊ ਖਵਾਉਂਗਾ ਤੁਹਾਨੂੰ ਨਾਲ ਬਿਠਾ ਕੇ ਇਹਨਾਂ ਚੀਜ਼ਾਂ ਦੇ ਨਾਲ ਸਿਰਫ ਔਰ ਸਿਰਫ ਜਿਦਾ ਬਾਦੀਆਂ ਹਨ ਹੋਰ ਕੁਝ ਵੀ ਨਹੀਂਗਾ ਇੱਕ ਦੂਜੇ ਦੇ ਪ੍ਰਤੀ ਸਦਾ ਇੱਕ ਜਲਸ ਪੈਦਾ ਹੁੰਦੀ ਆ ਹੋਰ ਕੱਖ ਵੀ ਨਹੀਂ ਹੁੰਦਾਗਾ ਮੈਂ ਕਿ ਤੁਹਾਨੂੰ ਵੀਡੀਓ ਵਿਖਾਉਣਾ ਤੇ ਆਪਣੇ ਵਿਚਾਰ ਵੀਡੀਓ ਸੁਣੋ ਵੀਰ ਦੇ ਐ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਵੀਰੇ ਨੇ ਆਪਣੇ ਵਿਚਾਰ ਰੱਖੇ ਆ। ਥੋੜਾ ਜਿਹਾ ਪੁਰਾਣਾ ਆ ਇਹ ਵੀਡੀਓ ਇਹ। ਤੇ ਵੀਡੀਓ ਕਈ ਦਿਨਾਂ ਦਾ ਸੀਗਾ ਮੇਰੇ ਕੋਲੇ ਪਰ ਬਸ ਇਹਦੀ ਟਾਈਮ ਨਹੀਂ ਲੱਗਿਆ ਕੰਮ ਧੰਦਿਆਂ ਦੇ ਵਿੱਚ। ਤੇ ਆਪਾਂ ਵੀ ਕੰਮ ਕਰੀਦਾ ਆਪਾਂ ਕੋਈ ਇਕੱਲੇ YouTube ਤੇ ਥੋੜੀ ਬੈਠੇ ਆਂ ਕਿਤੇ। ਤੇ ਕੰਮ ਧੰਦੇ ਵਾਲੇ ਬੱਦੇ ਆ, ਤਰੀਬੜੇ ਜੇ ਆ ਹਨਾ। ਤੇ ਸਿੱਧੀ ਜੀ ਗੱਲ ਆ ਭਾਈ ਐਵੇਂ ਗੱਪਾਂ ਮਾਰੀ ਇਹ ਇਦਾਂ ਉਦਾਂ ਕੋਈ ਨਹੀਂ ਭਾਈ ਇਦਾਂ ਦਾ। ਹਨਾ। ਕੀ ਮੇਰੇ ਪੁਰਾਣਾ ਗਾਲਾਂ ਵੀ ਲਿਖ ਦਿੰਦੇ ਆ ਕਿ ਕਮੈਂਟ ਬਾਕਸ ਦੇ ਵਿੱਚ ਕੋਈ ਨਹੀਂ ਆਪਾਂ ਬਖਸ਼ ਦੇਈਦਾ ਹਨਾ ਆਪਾਂ ਕਿਹੜਾ ਵੀਡੀਓ ਪਾਣੀ ਤੇਰੇ ਐ ਕਰ ਦੂੰ ਤੇਰੇ ਉਹ ਕਰ ਦੂੰ ਆਪਾਂ ਆਪਾਂ ਨੂੰ ਕੋਈ ਨਹੀਂ ਕੋਈ ਨਹੀਂ ਬਈ ਯਾਰ ਜੇ ਤੁਹਾਨੂੰ ਵੀਡੀਓ ਵਧੀਆ ਨਹੀਂ ਹੁੰਦੀ ਨਾ ਕੋਈ ਨਹੀਂ ਗਾਲ ਕੱਢ ਦਿਆ ਕਰੋ ਹਨਾ ਆਪਣੇ ਕਿਤੇ ਨੀ ਕਾਲੇ ਹੋਣ ਲੱਗੇ ਹੁਣ ਬੱਗੇ ਆ ਕੱਲ ਫਾ ਆਪਾਂ ਲਾਉਂਦੇ ਨਹੀਂਗੇ ਆਪਾਂ ਹੈਗੇ ਖੁਸ਼ ਮિજાਜ ਬੰਦੇ ਠੀਕ ਹੈ ਪਰ ਜਜ਼ਬਾਤੀ ਹੋ ਜਾਈਦਾ ਕਈ ਵਾਰੀ ਦਿਲ ਦੇ ਵਿੱਚ ਕੁਝ ਗੱਲਾਂ ਆ ਜਾਂਦੀਆਂ ਤੇ ਵੀਡੀਓ ਆਪਾਂ ਚਾਲੂ ਕਰ ਲਈਏ ਫਿਰ ਤੁਸੀਂ ਇਸ ਬਾਈ ਦੇ ਨਾਲ ਕਿੰਨੇ ਸਹਿਮਤ ਹੋ ਜਾਂ ਨਹੀਂ ਹੋ ਆ ਜਾਓ ਕਮੈਂਟ ਕਰਿਓ ਜਾ ਕੇ ਸਸਿਕਲ ਦੋਸਤੋ ਦੋਸਤੋ ਦੁਨੀਆ ਦੇ ਸਭ ਤੋਂ ਵਹਿਲੇ ਤੇ ਨਲਾਇਕ ਲੋਕਾਂ ਨਾਲ ਸਾਡੀ ਕੌਮ ਪੜੀ ਪਈ ਹੈ ਪਤਾ ਨਹੀਂ ਇੰਨੇ ਵਹਿਲੇ ਕਿੱਥੋਂ ਹੈ ਕੱਲ ਸਾਈਆਂ ਨੇ ਆਪਣੀ ਸ਼ੋਭਾ ਯਾਤਰਾ ਕੱਢੀ 크리스마ਸ ਨੂੰ ਲੈ ਕੇ ਤੇ ਉਹਨੂੰ ਰਖਵਾਉਣ ਵਾਸਤੇ ਕੁਝ ਲੋਕ ਉੱਥੇ ਪਹੁੰਚ ਜਾਂਦੇ ਨੇ ਵੀ ਸਾਡੇ ਸੋਗ ਦਾ ਜਿਹੜਾ ਹਫਤਾ ਚੱਲ ਰਿਹਾ ਤੇ ਤੁਸੀਂ ਆਪਦਾ ਖੁਸ਼ੀਆਂ ਮਨਾਉਂਦੇ ਫਿਰਦੇ ਢੋਲ ਟਮਕੇ ਲੈ ਕੇ ਨੱਚਦੇ ਫਿਰਦੇ ਉਤਬਾਲਾ ਕੱਲ ਪਰਸੋ ਦਾ ਇੱਕ ਨਿਹੰਗ ਟਾਵਰ ਤੇ ਚੜ ਗਿਆ ਕਹਿੰਦਾ ਵੀ ਆ ਜਿਹੜਾ 크ਿਸਮਸ ਮੇਲਾ ਲੱਗਾ ਹੋਇਆ ਇਹਨੂੰ ਰੋਕੋ ਨਹੀਂ ਤੇ ਮੈਂ ਤੁਛ ਛਾਲ ਮਾਰ ਕੇ ਆਪਣੀ ਜਾਨ ਦੇ ਦੇਣੇ ਵੀਰ ਜੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਨਾ ਵੀ ਸਾਡੇ ਜਿਹੜੇ ਲੋਕ ਆ ਨਾ ਅਸੀਂ ਲੋਕ ਆ ਜਿਹੜੇ ਖਾਸ ਕਰਕੇ ਪੰਜਾਬੀ ਔਰ ਸਿੱਖ ਲੋਕ ਆ ਜਿਹੜੇ ਇਹ ਜਜ਼ਵਾਤੀ ਬਹੁਤ ਹੁੰਦੇ ਆ ਇਹ ਮਤਲਬ ਕੀ ਹੋ ਜਾਂਦਾ ਨਾ ਕਿ ਇੱਕਦਮ ਉਹ ਹੋ ਜਾਂਦਾ ਇਹਨਾਂ ਨੂੰ ਵੀ ਨਹੀਂ ਐਦਾ ਨਹੀਂ ਹੋਣਾ ਚਾਹੀਦਾ ਐਦਾ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ

ਇੰਨੇ ਕਿ ਜਾਦੇ ਹਾਲਾਤ ਇਸ ਤਰ੍ਹਾਂ ਦੇ ਖਰਾਬ ਕੀਤੇ ਹੋਏ ਇਹਨਾਂ ਨੂੰ ਇਹ ਬੇਅਕਲੇ ਲੋਕ ਨੇ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਅਸੀਂ ਆਪਣਾ ਸੋਗ ਸੋਗ ਜੋ ਹਫਤਾ ਹੈ ਉਹ ਸਾਡਾ ਇਹਨਾਂ ਕੇ ਸਾਈਆਂ ਦਾ ਅਸੀਂ ਉਹਨਾਂ ਨੂੰ ਕਿਵੇਂ ਰੋਕ ਸਕਦੇ ਤੁਸੀਂ ਆਪਣੀਆਂ ਖੁਸ਼ੀਆਂ ਦਾ ਮਨਾਓ ਕਿਉਂ ਤੁਸੀਂ ਉਹਨਾਂ ਦੇ ਪ੍ਰਤੀ ਚੱਲ ਸਕਦੇ ਹੋ ਕਿਉਂ ਚਾਹੁੰਦੇ ਵੀ ਦੁਨੀਆ ਸਾਰੀ ਤੁਹਾਡੇ ਮੁਤਾਬਕ ਚੱਲੇ ਜੋ ਸਾਨੂੰ ਚੰਗਾ ਲੱਗਦਾ ਉਹੀ ਸਾਈਆਂ ਨੂੰ ਚੰਗਾ ਲੱਗੇ ਉਹੀ ਹਿੰਦੂਆਂ ਨੂੰ ਲੱਗੇ ਉਹੀ ਮੁਸਲਮਾਨਾਂ ਨੂੰ ਲੱਗੇ ਪਰ ਜੋ ਸਾਨੂੰ ਮਾੜਾ ਲੱਗਦਾ ਉਹੀ ਉਹਨਾਂ ਨੂੰ ਮਾੜਾ ਲੱਗੇ ਉਹਨਾਂ ਦੀ ਖੁਸ਼ੀ ਦਾ ਤੁਹਾਨੂੰ ਕੋਈ ਮਤਲਬ ਨਹੀਂ ਹੈਗਾ ਜੇ ਉਹ ਤੁਹਾਡਾ ਸੋਗ ਹੈ ਜੇ ਤੁਸੀਂ ਚਾਹੁੰਦੇ ਵੀ ਸਾਰਾ ਸ ਖੁਸ਼ੀ ਦਾ ਹਫ਼ਤਾ ਮਨਾ ਸਕਦੇ ਹੋ ਨਾ ਨਰਲਕਾਂ ਦੇ ਸੋਗ ਮਤ ਜੇ ਤੁਸੀਂ ਨਹੀਂ ਮਨਾ ਸਕਦੇ ਤੇ ਉਹ ਕਿਵੇਂ ਤੁਹਾਡਾ ਸੋਗ ਮਤ ਮਨਾ ਸਕਦੇ ਯਾਰ ਉਹਨਾਂ ਦਾ ਪਿੱਛੇ ਜੇ ਬਲੈਕ ਫਰਾਈਡੇ ਗਿਆ ਪੂਰਾ ਹਫ਼ਤਾ ਉਹਨਾਂ ਦਾ ਸੋਗ ਦਾ ਸੀ ਤੁਸੀਂ ਕਿੰਨਾ ਕੁ ਮਨਾਇਆ ਆਪਦੇ ਵਿਆਹ ਸ਼ਾਦੀਆਂ ਰੋਕ ਤੇ ਆਪਦੇ ਭੰਗੜੇ ਪੋਣੇ ਰੋਕ ਤੇ ਆਪਦੇ ਕਰਾਂਜ ਸਮਾਗਮ ਕਰਦੇ ਰੋਕ ਤੇ ਆਪਦੀਆਂ ਤੁਸੀਂ ਪਰਬਾਤ ਫੇਰੀਆਂ ਕੱਢਣੇ ਰੋਕਤੀਆਂ ਜੇ ਤੁਸੀਂ ਨਹੀਂ ਰੋਕ ਸਕਦੇ ਤਾਂ ਉਹ ਤੁਹਾਡੇ ਮੁਤਾਬਕ ਕਿਉਂ ਚੱਲਣਾ ਹੂੰ ਸਮਝ ਨਹੀਂ ਆਉਂਦੀ ਤਾਂ ਜਦੋਂ ਦਸਹਿਰਾ ਆਉਂਦਾ ਤੁਸੀਂ ਹਿੰਦੂਆਂ ਦੇ ਖਿਲਾਫ ਖੜੇ ਹੋ ਜਾਂਦੇ ਹੋ ਰਾਵਣ ਬੜਾ ਮਹਾਨ ਸੀ ਰਾਵਣ ਬੜਾ ਯੋਧਾ ਸੀ ਇਹ ਵੀ ਇਹਦੀਆਂ ਕੁਝ ਗ ਲੇਕਿਨ ਕਈ ਵਾਰ ਕੀ ਹੁੰਦਾ ਨਾ ਉਹੀ ਗੱਲ ਆ ਜਾਂਦੀ ਹੈ ਵੀ ਸਾਨੂੰ ਪਤਾ ਨਹੀਂ ਹੁੰਦਾਗਾ ਅਸੀਂ ਕਿਸੇ ਦੇ ਪ੍ਰਤੀ ਮਤਲਬ ਸਾਨੂੰ ਪਿਆਰ ਹੀ ਇੰਨਾ ਹੁੰਦਾ ਵੀ ਨਹੀਂ ਯਾਰ ਇਦਾਂ ਨਹੀਂ ਹੋਣਾ ਚਾਹੀਦਾਗਾ ਹਨਾ ਲੇਕਿਨ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਆ ਅਸੀਂ ਕਰੈ ਨੇ ਆਮ ਲੋਕ ਸੋਸ਼ਲ ਮੀਡੀਆ ਤੇ ਰੌਲਾ ਪਾਉਣ ਵਾਲੇ ਜਾਂ ਜਮੀਨੀ ਲੈਵਲ ਤੇ ਵੀ ਦੇਖੀਏ ਤਾਂ ਅਸੀਂ ਸਿਰਫ ਇਦਾਂ ਹੀ ਰੌਲਾ ਪਾ ਸਕਦੇ ਹਾਂ ਲੇਕਿਨ ਇਹਦੇ ਪਿੱਛੇ ਬੜੀਆਂ ਚੀਜ਼ਾਂ ਹੁੰਦੀਆਂ ਇਦਾਂ ਇਦਾਂ ਦੀਆਂ ਚੀਜ਼ਾਂ ਇਦਾਂ ਕਿੱਦਾਂ ਕਿੱਦਾਂ ਸਾਡੇ ਨਾਲ ਮਤਲਬ ਕਿ ਖੇਲਾ ਖੇਲੀਆਂ ਜਾਂਦੀਆਂ ਆ ਸਾਨੂੰ ਪਤਾ ਨਹੀਂ ਲੱਗਦਾਗਾ ਹੁਣ ਜਿਸ ਬੰਦੇ ਨੂੰ ਪਤਾ ਵੀ ਇੱਕ ਖੇਲ ਆ ਇਹ ਇੱਕ ਨਾ ਸਾਡੇ ਨਾਲ ਫਿਲਮ ਖੇਲੀ ਜਾ ਰਹੀ ਆ ਉਹ ਬੰਦੇ ਨੂੰ ਪਤਾ ਹੁੰਦਾ ਉਹ ਬੰਦਾ ਇਸ ਚੱਕਰ 'ਚ ਨਹੀਂ ਪੈਂਦਾਗਾ ਆਈ ਦੀ ਗੱਲ ਸੁਣਦੇ ਆ ਤੁਹਾਡੇ ਟਾਡੀ ਵੀ ਉਹ ਸੰਗੀਤ ਲਾ ਲਿੰਦੇ ਤੁਸੀਂ ਵੀ ਪਿੱਛੇ ਹੋਈਆਂ ਪੋਸਟਾਂ ਪੁਣੇ 'ਚ ਕਿਉਂ ਜ਼ਹਿਰ ਭਰਦੇ ਰਹਿੰਦੇ ਜੇ ਕਿਉਂ ਹਰ ਜਗ੍ਹਾ ਨਫ਼ਰਤ ਨਫ਼ਰਤ ਫਲਾਉਣਾ ਹੀ ਤੁਹਾਡਾ ਕੰਮ ਆ ਕੁਝ ਜਿਹੋ ਹਾਲੇ ਦੁਨੀਆ ਤੁਹਾਡੇ ਮੁਤਾਬਕ ਚੱਜੇ ਉਹ ਕਹਿਣ ਲੱਗੇ ਵੀ ਔਰੰਗਜ਼ੇਬ ਬੜਾ ਮਹਾਨ ਸੀ ਬਾਬਰ ਬੜਾ ਮਹਾਨ ਸੀ ਉਹਨਾਂ ਤੁਹਾਡੇ ਬੱਚੇ ਸ਼ਹੀਦ ਕੀਤੇ ਉਹਨਾਂ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕੀਤਾ ਜਾਂ ਜੋ ਉਹਨਾਂ ਦੇ ਖਿਲਾਫ ਲੜਦੇ ਰਹਿ ਤੁਹਾਨੂੰ ਬਹੁਤ ਬਹੁਤ ਵਧੀਆ ਲੱਗੂ ਹਨਾ ਤੁਹਾਨੂੰ ਬੜੀ ਚੰਗਾ ਲੱਗੂ ਜਾਂ ਤੁਹਾਡੇ ਮਤਲਬ ਜੋ ਤੁਸੀਂ ਕਹੋ ਉਹੀ ਸਹੀ ਹੈ ਜੋ ਦੂਜੇ ਕਹਣ ਉਹਦਾ ਕੋਈ ਮਹੱਤਵ ਨਹੀਂ ਹੈ ਉਹਦਾ ਕੋਈ ਮਤਲਬ ਨਹੀਂ ਵੀਰ ਜੀ ਇਦਾਂ ਨਹੀਂ ਕਹਿਣਾ ਕਿਸੇ ਨੇ ਇਹ ਤਾਂ ਮੈਨੂੰ ਪਤਾ ਭਾਵੇਂ ਆਪਾਂ ਵਾਲ ਕੱਟੇ ਆ ਭਾਵੇਂ ਕਲੀਨ ਸ਼ੇਪ ਰਹਿਨੇ ਆ ਇੱਦਾਂ ਨਹੀਂ ਕਹਿੰਦਾ ਕੋਈ ਵੀ ਨਹੀਂ ਕਹਿੰਦਾ ਸੋਹਣਿਆ ਕਿਉਂਕਿ ਜਿਹੜੀਆਂ ਉਹਨਾਂ ਨੇ ਕਰਵਾਨੀਆਂ ਹਾਂ ਸਾਨੂੰ ਕੋਈ ਕਹਿ ਸਕਦਾ ਕੁਝ ਵੀ ਸਾਨੂੰ ਮੈਨੂੰ ਕੋਈ ਕਹਿ ਸਕਦਾ ਸਾਨੂੰ ਕੋਈ ਕਹਿ ਸਕਦਾ ਆ ਲੇਕਿਨ ਉਹਨਾਂ ਨੂੰ ਨਹੀਂ ਛੇੜੀਂ ਕਿਤੇ ਕੋਈ ਕਹਿ ਸਕਦਾ ਕਿਉਂਕਿ ਉਹਨਾਂ ਨੇ ਕੀ ਕੀਤਾ ਕਿਹਦੀ ਕਿਹਦੇ ਵਾਸਤੇ ਕੀਤਾ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਵੀਰੇ ਉਹਨਾਂ ਨੇ ਜੋ ਕੀਤਾ ਨਾ ਲੋਕ ਸਾਨੂੰ ਕਹਿ ਸਕਦੇ ਆ ਵੀ ਤੁਸੀਂ ਕੀ ਕੀਤਾ ਸਾਨੂੰ ਇਹ ਗੱਲ ਕਹਿ ਸਕਦੇ ਆ ਵੀ ਠੀਕ ਆ ਜਿਹੜੇ ਗੁਰੂ ਹੋਏ ਆ ਸਾਡੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸ਼ਹੀਦ ਹੋਏ ਆ ਉਹ ਕੱਲੇ ਸਾਡੇ ਵਾਸਤੇ ਨਹੀਂ ਹੋਏਗੇ ਉਹ ਸਮਾਜ ਵਾਸਤੇ ਹੋਏ ਆ ਪੂਰੇ ਸਮਾਜ ਵਾਸਤੇ ਇਸ ਕਰਕੇ ਸਮਾਜ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਐਨੀ ਛੇਤੀ ਕੋਈ ਗਲਤ ਬੋਲੂਗਾ ਉਹ ਵੀਰ ਤੂੰ ਟੈਨਸ਼ਨ ਨਾ ਲੈ ਆਪਣੀ ਗੱਲ ਕਰ ਆਪਾਂ ਕੀ ਕੀਤਾ ਚਾਹੁੰਦੇ ਜੇ ਨਾ ਵੀ ਦੁਨੀਆ ਸਾਡੇ ਮੁਤਾਬਕ ਚੱਲੇ ਤੇ ਦੁਨੀਆ ਦੇ ਮੁਤਾਬਕ ਚੱਲਣਾ ਵੀ ਸਿੱਖੋ ਸ਼ਰਮ ਕਰੋ ਕੁਛ ਇੱਥੇ ਅਸੀਂ ਰਹਿੰਦੇ ਆਂ ਲੰਡਨ ਦੇ ਵਿੱਚ 3 ਕਿਲੋਮੀਟਰ ਲਾਕੇ ਦੇ ਵਿੱਚ 6 ਗੁਰਦੁਆਰੇ ਨੇ ਔਰ ਇੱਥੇ ਜਦੋਂ ਨਗਰ ਕੀਰਤਨ ਨਿਕਲਦਾ ਹੈ ਸਰਕਾਰ ਇੱਥੋਂ ਦੀ ਈਸਾਈ ਸਰਕਾਰ ਹੈ ਉਹ ਸਾਰੇ ਰੋਡ ਬੰਦ ਕਰਕੇ ਸਿਰਫ ਨਗਰ ਕੀਰਤਨ ਵਾਸਤੇ ਰੋਡ ਖੋਲ ਦਿੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਦੀ ਤੁਹਾਨੂੰ ਨਹੀਂ ਹੁਣ ਇੱਥੇ ਗੱਲ ਦੇਖੋ ਵੀਰ ਜੀ ਹੁਣਾਂ ਦੇ ਨਾਲ ਉੱਥੇ ਵਧੀਆ ਹੋ ਰਿਹਾ ਹੋ ਰਿਹਾ ਲੰਡਨ ਦੀ ਗੱਲ ਕਰ ਰਿਹਾ ਹੈ ਨੇਕੋਸ ਹੈ ਹੀ ਭਰਾ ਇਹਨਾਂ ਦੀ ਹੈਲਪ ਕਰਦੇ ਆ ਇਹਨਾਂ ਨੂੰ ਸਮਝਦੇ ਆ ਹਨਾ ਇਹ ਤਾਂ ਭਾਵੁਕ ਮਤਲਬ ਹੁੰਦੇ ਆ ਜਿੱਦਾਂ ਕਹਿੰਦੇ ਵੀ ਹਨਾ ਇਹ ਤਾਂ ਇਦਾਂ ਦੀ ਗੱਲ ਕਰ ਰਹੇ ਆ ਲੇਕਿਨ ਇੰਡੀਆ 'ਚ ਕੀ ਹੋ ਰਿਹਾ ਜਾਂ ਹੋਰ ਏਰੀਆ ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋ ਰਿਹਾ ਉਥੋਂ ਦੇ ਫਿਰ ਉਸ ਸਾਹਬ ਨਾ ਕਰਦੇ ਆ ਇਹ ਵੀਰੇ ਤੁਹਾਨੂੰ ਵੀ ਗੱਲ ਸਮਝਣੀ ਪੈਣੀ ਆ ਚਲੋ ਅੱਗੇ ਆ ਜੋ ਮੁਰੀਆਂ ਨੇ ਤੁਹਾਡੇ ਵਾਸਤੇ ਪਲੀਜ਼ ਪ੍ਰਸ਼ਾਸਨ ਦੀ ਪ੍ਰੋਟੈਕਸ਼ਨ ਹਰ ਤਰ੍ਹਾਂ ਦੀ ਦਿੰਦੀ ਤੁਹਾਨੂੰ ਇੱਥੇ ਗੁਰਦੁਆਰੇ ਦੇ ਦੇਣ ਤੁਹਾਡੇ ਵਾਸਤੇ ਜਗ੍ਹਾ ਬਣਾ ਦਮ ਤੁਹਾਨੂੰ ਸਭ ਖੁੱਲ੍ਹ ਹੋਣੀ ਚਾਹੀਦੀ ਤੇ ਤੁਸੀਂ ਉੱਥੇ ਇਸਾਈ ਜੇ ਕੋਈ ਚਰਚ ਬਣਾਉਂਦਾ ਤੋੜਨ ਪਹੁੰਚ ਜਾਂਦੇ ਜੇ ਜੇ ਕੋਈ ਇਸਾਈ ਆਪਦਾ ਨਗਰ ਕੀਰਤਨ ਕੱਢਦਾ ਆਪਦੀ ਉਹ ਪ੍ਰਭਾਤ ਫੇਰੀ ਕੱਢਦਾ ਜਾਂ ਕੁਝ ਵੀ ਕੱਢਦਾ ਤੁਸੀਂ ਉਹਨਾਂ ਨੂੰ ਬੰਦ ਕਰਨ ਵਾਸਤੇ ਡਾਂਗਾ ਲੈ ਕੇ ਪਹੁੰਚ ਜਾਂਦੇ ਜੇ ਜੇ ਦੁਨੀਆ ਤੋਂ ਚਾਹੁੰਦੇ ਜੇ ਸਾਡੇ ਪ੍ਰਤੀ ਚੱਲਣ ਸਾਡੇ ਮੁਤਾਬਕ ਚੱਲਣ ਸਾਡੇ ਵਾਂਗੂ ਚੱਲਣ ਤੇ ਉਹਨਾਂ ਦੇ ਮੁਤਾਬਕ ਚੱਲਣਾ ਸ਼ੁਰੂ ਸਿੱਖ ਲਓ ਮੈਂ ਕਹਿੰਦਾ ਸ਼ਰਮ ਕਰੋ ਹਯਾ ਕਰੋ ਕਿਉਂ ਸਿੱਖਾਂ ਨੂੰ ਹਰ ਜਗ੍ਹਾ ਬਦਨਾਮ ਕਰਨ ਤੇ ਲੱਗੇ ਹੋਏ ਜੇ ਜੇ ਤੁਸੀਂ ਕੋਈ ਚੰਗਾ ਕੰਮ ਨਹੀਂ ਕਰ ਸਕਦੇ ਤੇ ਮਾੜਾ ਕਰਨ ਵਾਸਤੇ ਬਣਾ ਖੜੇ ਰਿਆ ਕਰੋ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਇਹ ਗੱਲਾਂ ਬਾਤਾਂ ਆ ਭਰਾ ਨੇ ਆਪਦੀ ਗੱਲਬਾਤ ਰੱਖੀ ਆ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜ਼ਰੂਰ ਦੱਸ ਕਰਨੇ ਆ ਆਪਣੀ ਰਾਇ ਜ਼ਰੂਰ ਦੱਸਣੀ ਆ ਇਹ ਵੀਡੀਓ ਪੁਰਾਣਾ ਆ ਹੁਣ ਮੇਰੇ ਵੀਰ ਮੈਨੂੰ ਨਾ ਉਹ ਮੈਸੇਜ ਨਾ ਕਰਿਓ ਵੀ ਭਾਈ ਇਹ ਤਾਂ ਵੀਡੀਓ ਪੁਰਾਣਾ ਵੀਡੀਓ ਪੁਰਾਣਾ ਇਹ ਵੀਡੀਓ ਵਾਕਈ ਪੁਰਾਣਾ ਆ ਲੇਕਿਨ ਗੱਲ ਜਦੋਂ ਮੇਰੇ ਸਾਹਮਣੇ ਆਈ ਮੈਂ ਉਦੋਂ ਗੱਲ ਕਰਨੀ ਹੈ ਹਨਾ ਵੀ ਭਾਈ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਮੈਂ ਲਗਭਗ ਬਰਾਬਰ ਜਿਹਾ ਹੀ ਆ ਹਨਾ ਵੀ ਜਿੱਦਾਂ ਮੇਰਾ ਦਿਮਾਗ ਕੰਮ ਕਰਦਾ ਹਨਾ ਵੀ ਇਹ ਉੱਥੇ ਰਹਿੰਦੇ ਆ ਉੱਥੋਂ ਵਾਲੇ ਹਿਸਾਬ ਨਾਲ ਦੱਸੀ ਜਾਂਦੇ ਆ ਲੇਕਿਨ ਜਿਹੜੇ ਇੰਡੀਆ 'ਚ ਰਹਿੰਦੇ ਆ ਉਹ ਉੱਥੋਂ ਦੇ ਹਿਸਾਬ ਦੇ ਨਾਲ ਆ ਹਨਾ ਐਵੇਂ ਨਹੀਂ ਹੁੰਦਾ ਸਰਕਾਰਾਂ ਐਡੀਆਂ ਬੇਵਕੂਫ ਵੀ ਨਹੀਂ ਹੁੰਦੀਆਂ ਗਿਆ ਵੀ ਚਾਕੇ ਐਵੇਂ ਕਰ ਦੇਣਗੀਆਂ ਸਮਝਦੇ ਹੁੰਦੇ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਵੀ ਉੱਥੇ ਕੀ ਹੋ ਰਿਹਾ ਆ ਠੀਕ ਆ ਤੇ ਬਾਕੀ ਵੀਰੋ ਤੁਹਾਨੂੰ ਪਤਾ ਹੀ ਆ ਰਾਜਨੀਤੀਆਂ ਹਨਾ ਬੜਾ ਕੁਝ ਹੁੰਦਾ ਦੁਨੀਆ ਦੁਨੀਆ ਰੰਗ ਬਰੰਗੀ ਤੇ ਗੂੜਾ ਰੰਗ ਪਿਆਰਾਂ ਦਾ ਮੇਲਣ ਬਣ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ ਇਹ ਮਾਨ ਸਾਹਿਬ ਦੀਆਂ ਗੱਲਾਂ ਆ ਅਸੀਂ ਵੀ ਗਾਉਂਦੇ ਰਹੇ ਆ ਪਹਿਲਾਂ ਬਸ ਕਿਸਮਤਾਂ ਦੇ ਸੋਤੇ ਆ ਚਲੋ ਖੈਰ ਕੋਈ ਗੱਲ ਨਹੀਂ ਤੁਸੀਂ ਇਹ ਵੀਡੀਓ ਵੀਰੇ ਦਾ ਵੇਖਿਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਆਪਣਾ ਵਿਚਾਰ ਠੀਕ ਹੋ ਗਿਆ ਜੀ ਬਾਕੀ ਟੈਨਸ਼ਨ ਨਹੀਂ ਲੈਣੀ ਚੁੰਦੇ ਰੋ ਹੱਸਦੇ ਰੋ ਵੱਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਏ ਥੈਂਕ ਯੂ